ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਈਂ ਸਰਕਾਰ ਦਾ ਤਾਂ ਲਾਡਿਸ਼ਾ ਸਰਕਾਰ ਜੀ ਨੇ ਦੱਸਿਆ ਕਿ ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਇਨਸਾਨ ਤੇ ਉਹ ਚੀਜ਼ ਆਉਂਦੀ ਹੀ ਆਉਂਦੀ ਹੈ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇਹ ਗੱਲ ਬਹੁਤ ਹੀ ਜ਼ਿਆਦਾ ਪੁਰਾਣੀ ਹੈ ਜਦੋਂ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਦੇ ਜਨੇਊ ਨਿਕਲਿਆ ਸੀ ਸਾਈਂ ਸਰਕਾਰ ਉਹਨਾਂ ਦੇ ਜਨੇਊ ਨਿਕਲਿਆ ਸਾਈਂ ਜੀ ਬਿਮਾਰ ਵੀ ਰਹਿਣ ਲੱਗ ਗਏ ਥੋੜਾ ਜਿਹਾ ਇੱਕ ਤਾਂ ਹੁੰਦਾ ਚਲੋ ਕੱਲਾ ਜਨੇਊ ਨਿਕਲ ਜਾਣਾ ਇੱਕ ਨਾਲ ਹੀ ਨਾਲ ਥੋੜੇ ਬਿਮਾਰ ਵੀ ਰਹਿਣ ਲੱਗ ਗਏ ਸੀ ਤਾਂ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਬਹੁਤ ਘੱਟ ਮਿਲਦੇ ਸੀ ਲੋਕਾਂ ਨੂੰ ਕਦੇ ਹੀ ਕਦੇ ਜਦੋਂ ਦਿਲ ਕਰਦਾ ਉਦੋਂ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਜਿੰਨੂੰ ਚਾਹੁੰਦੇ ਉਦੋਂ ਮਿਲ ਲੈਂਦੇ ਸੀ ਬਾਕੀ ਬਹੁਤ ਘੱਟ ਲੋਕਾਂ ਨੂੰ ਮਿਲਦੇ ਸੀਗੇ ਤਾਂ ਇੱਕ ਕਮਰੇ ਦੇ ਵਿੱਚ ਹੀ ਰਹਿੰਦੇ ਸੀ ਤਾਂ ਹੋਇਆ ਕਿ ਉਦੋਂ ਮਲੇਰਕੋਟਲੇ ਵਾਲੇ ਕਵਾਲ ਕਰਾਮਤ ਕਵਾਲ ਜੋ ਹੁਣ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਦਾ ਜੋ ਵੀ ਮੇਲਾ ਸ਼ੁਰੂ ਹੁੰਦਾ ਉਹ ਕਰਦੇ ਨੇ ਪਹਿਲਾਂ ਆ ਕੇ ਕਵਾਲੀ ਤਾਂ ਉਹ ਉਦੋਂ ਸਾਈਂ ਜੀ ਨੂੰ ਮਿਲਣ ਆਏ ਜਦੋਂ ਸਾਈਂ ਜੀ ਬਿਮਾਰ ਸੀ ਤਾਂ ਸਾਈਂ ਜੀ ਨੂੰ ਦੱਸਿਆ ਕਿ ਸਾਈਂ ਜੀ ਇਸ ਤਰ੍ਹਾਂ ਕਰਕੇ ਮਲੇਰਕੋਟਲੇ ਵਾਲੇ ਕਵਾਲ ਆਏ ਆ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਅੰਦਰ ਭੇਜ ਦਿਓ ਉਹਨਾਂ ਨੂੰ ਮਿਲਦੇ ਆਂ ਤਾਂ ਕਵਾਲ ਅੰਦਰ ਗਏ ਤਾਂ ਸਾਈਂ ਜੀ ਨੇ ਕੀ ਕੀਤਾ ਸਭ ਤੋਂ ਪਹਿਲਾਂ ਇੱਕ 10000 ਦੀ ਗੁੱਟੀ ਉਹਨਾਂ ਨੂੰ ਦਿੱਤੀ ਕਿਉਂਕਿ ਸਾਈਂ ਜੀ ਦੇ ਦਰਬਾਰ ਤੇ ਕੋਈ ਵੀ ਆ ਜੇ ਸਾਈਂ ਜੀ ਖਾਲੀ ਨਹੀਂ ਮੋੜਦੇ ਸੀ ਝੋਲੀ ਦੇ ਵਿੱਚ ਕੁਝ ਨਾ ਕੁਝ ਖੈਰ ਜ਼ਰੂਰ ਪਾਉਂਦੇ ਸੀਗੇ ਤਾਂ ਸਾਈਂ ਜੀ ਨੇ ਪਹਿਲਾਂ 10000 ਦੀ ਗੁੱਟੀ ਉਹਨਾਂ ਨੂੰ ਦਿੱਤੀ ਤੇ ਕਿਹਾ ਕਿ ਠੀਕ ਹੋ ਅਕਰਮਤ ਕਵਾਲ ਕਹਿਣ ਲੱਗੇ ਕਹਿੰਦੇ ਹਾਂਜੀ ਸਾਈ ਅਸੀਂ ਤਾਂ ਠੀਕ ਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਬਿਮਾਰ ਹੋ ਗਏ ਤੁਹਾਡੇ ਸਿਰ ਤੇ ਤਾਂ ਅਸੀਂ ਉੜਦੇ ਆ ਤੁਸੀਂ ਕਿੱਦਾਂ ਬਿਮਾਰ ਹੋ ਸਕਦੇ ਹੋ ਤੁਸੀਂ ਤਾਂ ਕੁੱਲ ਦੁਨੀਆ ਦਾ ਭਲਾ ਕਰਦੇ ਹੋ ਤੁਸੀਂ ਹਰ ਇੱਕ ਦੀ ਚਿੰਤਾ ਹਰ ਇੱਕ ਦਾ ਰੋਗ ਹਰਦੇ ਹੋ ਤੇ ਤੁਸੀਂ ਕਿੱਦਾਂ ਬਿਮਾਰ ਹੋ ਗਏ ਤਾਂ ਸਾਈ ਸਰਕਾਰ ਦਾ ਤਾਂ ਲਾਢੀਸ਼ਾ ਸਰਕਾਰ ਜੀ ਕਹਿਣ ਲੱਗੇ ਕਿ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਹੋ ਤੱਕਰਾਮਤ ਕਵਾਲ ਕਹਿਣ ਲੱਗੇ ਕਹਿੰਦੇ ਹਾਂਜੀ ਸਾਈਂ ਜੀ ਕੱਢਦੇ ਆਂ ਤਾਂ ਸਾਈਂ ਸਰਕਾਰ ਦਾ ਤਾਂ ਲਾਢੀਸ਼ਾ ਸਰਕਾਰ ਜੀ ਕਹਿਣ ਲੱਗੇ ਕਹਿੰਦੇ ਇਹ ਵੀ ਸਾਡੇ ਸਰੀਰ ਦਾ ਇੱਕ ਦਸਵੰਦ ਹੀ ਐ ਇਹ ਦਸਵੰਦ ਹਰ ਇੱਕ ਫਕੀਰ ਨੂੰ ਕਹਿੰਦੇ ਕੱਢਣੀ ਹੀ ਪੈਂਦੀ ਐ ਹਰ ਇੱਕ ਇਨਸਾਨ ਨੂੰ ਕਹਿੰਦੇ ਕੱਢਣੀ ਹੀ ਪੈਂਦੀ ਐ ਸਾਈਂ ਜੀ ਕਹਿਣ ਲੱਗੇ ਕਹਿੰਦੇ ਉਹ ਇਨਸਾਨ ਹੀ ਕੀ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਸਹੇ ਸਾਈਂ ਜੀ ਦੇ ਬੋਲ ਸੀ ਸਾਈਂ ਜੀ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ ਦੇ ਵਿੱਚ ਦੁੱਖ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਦੁੱਖ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜੇ ਦੁੱਖ ਹੀ ਨਾ ਆਇਆ ਤਾਂ ਫਿਰ ਉਹ ਇਨਸਾਨ ਨਹੀਂ ਤੇ ਨਾਲ ਹੀ ਨਾਲ ਸਾਈਂ ਜੀ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਕਿ ਫੇਰ ਕੀ ਹੋ ਗਿਆ ਜੇ 4 ਦਿਨ ਔਖੇ ਆਗੇ ਤਾਂ ਤਾਂ ਇਹ ਸੀ ਸਾਈਂ ਜੀ ਦੀ ਵੀਡੀਓ ਕਿ ਸਾਈਂ ਜੀ ਨੇ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਹਰ ਇੱਕ ਇਨਸਾਨ ਤੇ ਆਉਂਦੇ ਹੀ ਆਉਂਦੇ ਨੇ ਏਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਜ जरूर ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮਰੀਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਜੇਕਰ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ